ਘਰੇ ਆ ਮੈਂ ਲੱਖ ਆਉ ਤੁਹਾਨੂੰ ਸ਼ੌਕ ਮੋਰੇ ਤੂੰ ਜੀ ਕੁਛ ਨਹੀਂ ਠੀਕ ਠਾਕ ਅੱਲਾ ਜੋੜਾ ਬਿਠਵਾ ਨਾ ਇੱਥੇ ਆਪਣਾ ਬਾਂਦੀ ਰੋਡ ਤੇ ਉੱਤੇ ਮੱਥੇ ਨਹੀਂ ਉਤਾਰ ਕੇ ਇਹੀ ਕਿਨਵੇਂ ਆਮਦਾਰਾਂ ਦਾ ਪਹਿਲੇ ਪਹਿਲੇ ਬਾਬੇ ਦੀ ਹਯਾਤੀ ਹੈ ਜੀ ਮੇਰਾ ਦੋਸਤ ਆਏ ਗੱਡੋਂ ਲਿਆ ਕੇ ਮਹਿਫਲ ਹੈ ਜੀ ਅੱਲਾ ਚੜਿਆ ਹਾਂ ਜਿਹੜਾ 2 ਲੱਖ ਵਜੇ ਨਾ 2 ਲੱਖ ਵਜੇ ਦਾ ਵੀ ਇਹ ਬਾਂਦੀ ਰੋਡ ਤੇ ਨਾ ਮੱਥੇ ਉਤਾਰ ਖਾਈ ਬੈਠੇ ਜੀ ਬਾਬੇ ਸਿੰਘ ਦੀ ਹਯਾਤੀ ਹੈ ਜੀ ਆ ਉਤਾਰ ਖੁੰਦੀ ਜੀ 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 ਬਾਬੇ ਜਲਾਲ ਦੀ ਜੀ ਜੀ ਤਾਂ ਸਹੀ ਮੈਂ ਤਾਂ ਹਵਾਲ ਬੁਧਾਇਆ ਜਿੱਦਾਂ ਮੈਂ ਇਹਨੇ ਆਸ਼ਿਕ ਕੰਮ 10 ਸਾਲ ਮੈਂ ਰੋਂਦਾ ਰਿਹਾ ਪੰਜਾਬ ਵੀ ਇਹਦੇ ਦੇਖਣ ਕਿਤੇ ਸਹੀ 10 ਸਾਲ ਬਾਕਾਇਦਾ ਤੇ ਜਦੋਂ ਮੈਂ ਕੋ ਆ ਮਿਲਿਆ ਮਿਲਣ ਵਾਲਾ ਜਿਹੜੀ ਮੰਜ਼ਰ ਹੈ ਨਾ ਮੇਰਾ ਤੇ ਮੈਨੂੰ ਅੱਜ ਵੀ ਯਾਦ ਆਉਂਦਾ ਮੇਰੇ ਸਾਹ ਕੇ ਮੰਜਮ ਦੇ ਤੇ ਮਹਬੂਬ ਦਾ ਜਿਹੜੀ ਦੀਦਾਰ ਹੈ ਨਾ ਜੀ ਤਾਂ ਮੁਝੇ ਦਿਲ ਦੇ ਧੱਕ ਮੇਰੇ ਕੰਨੇ ਦੀ ਆਵਾਜ਼ ਆਉਂਦੀ ਜਦੋਂ ਮੈਂ ਆਪਣਾ ਮਸਰਵਾ ਤੇ ਪਹੁੰਚਾ ਅੱਛਾ ਦੌਰ ਦੀ ਗੱਲ ਦਾ ਸਹੀ ਤੁਸੀਂ ਰਿਕਾਰਡ ਮਾਰੇ ਕਾਰਡ ਤੇ ਰੱਖੀਏ ਤੇ ਪਹਿਲਾਂ ਨਾਲਾ ਬੁਧਾ ਪਿੱਛੇ ਹੁਣ ਰਿਕਾਰਡ ਦੇ ਲੈ ਮੋਰੇ ਮੇਰਾ ਹਰ ਮਹੀਨੇ ਚਾਵਣ ਸੀ ਨੇ ਮੋਰੇ ਸ਼ਹਿਰ ਚ ਨਾ ਬੁਧਨਾ ਮੇਰੀ ਗੱਲ ਸੁਣ ਤੇਰੀ ਗੱਲ ਮੈਨੂੰ ਪਸੰਦ ਆਉਂਦੀ ਤੇਰੀ ਗੱਲ ਕਰਨ ਦਾ ਅੰਦਾਜ਼ ਮੈਨੂੰ ਵਣਦਾ ਹੈ ਅੱਛਾ ਵਾਲਾ ਮੈਂ ਤੇ ਕੋ ਹਾਲ ਲੈਵਾਂ ਜਦੋਂ ਮੈਂ ਉੱਤੇ ਪਹੁੰਚ ਗਿਆ ਈ ਮਹਬੂਬ ਦੇ ਕਿੱਸਾ ਤਾਂ ਇਹ ਵੱਡਾ ਹੈ ਇਹ ਕੋ ਨਾ ਖੁਦ ਸੇ ਇਲਾ ਜਦਾ ਇਹ ਪੰਜਾਬ ਇੰਗਲ ਬੁੱਕ ਹੁੰਦੀ ਨਾ ਤਾਂ ਮੈਂ ਉਹ ਵਾਰੀ ਸਾਜਾਂ ਲਿਖਦਾ ਮੁਥਾ ਪਰ ਜਿਵੇਂ ਮੈਂ ਹੀ ਕੁੜਿੱਠੇ ਬਾਬੇ ਸਿੰਘ ਦੀ ਦੀਦਾਰ ਮੈਂ ਕਿਤੇ ਇਹ ਹੁਕੂ ਮਨਾ ਘਰ ਵਾਲੇ ਵੀ ਨਾ ਦਿੱਠਾ ਹੁੰਦੋ ਤਾਂ ਕਿਆ ਹੈ ਤਾਂ ਜਦਾ ਮੈਂ ਆਵਾਂ ਆਉਂਦੀ ਉਤਾਗ ਦੇ ਤਾਂ ਮੈਂ ਮਹੀਨਾ ਮਹੀਨਾ ਪਿੱਛੋਂ ਘਰ ਮੇ ਕੋ ਕੋਟ ਵਿਸਰ ਵਨੇ ਤਾਂ ਸਾਰੀ ਰਾਤ ਕਚਹਿਰੀਆਂ ਕਰੇ ਮਹਿਮਾਨ ਔਰ ਖਿਲਾਵੇ ਉਹਦੇ ਬਾਅਦ ਜੇਗੀ ਕੇਸਟ ਮੈਂ ਕਨੂੰ ਯਾਦਗਿਰੀ ਤੇ ਪੁੱਛੀ ਜਦੋਂ ਮੈਨੂੰ ਕੇਸਟ ਦਾ ਇਮਤਿਹਾਨ ਕੀਤਾ ਤਾਂ ਹੁਣ ਤਾੜਿਆ ਮਾਰਿਆ ਵੱਡਾ ਖੁਸ਼ ਆ ਕਿ ਮੈਂ ਕੋਈ ਇਜਾਜ਼ ਇਹੋ ਮਿਲੇ ਜੋ ਮੇਰੀ ਕੇਸਟ ਪੰਜਾਬ ਪੇ ਸੀ ਅਗਰ ਮੈਂ ਕੋਰਟ ਮਿਠਣ ਜੋ ਦੀਦਾਰ ਕਰਨ ਆਇਆ ਨਾ ਖਾਜੇ ਗੁਲਾਮ ਫਰੀ ਦਰਗਾਹ ਤੇ ਤਾਂ ਮੈਂ ਯਾਰ ਫਕੀਰ ਕੋ ਆਖਿਰ ਮੈਂ ਇਥੋਂ ਮਿਜ਼ੋ ਤੋਂ ਪੁੱਛਾ ਮੇਰੀ ਕੇਸਟ ਇਥਾ ਹੈ ਉਥਾ ਦੁਕਾਨ ਗਾਡੀ ਰੁਕਵਾ ਦੇ ਤਾਂ ਹੁਣ ਪੁੱਛਾ ਕਿ ਯਾਰ ਉਹਨੇ ਜਲਾਲ ਤਾਂ ਸਜਾ ਉਤਾ ਰੱਖਿਆ ਨਾ ਕੋਰਟ ਮਿਠਣ ਜੀ ਗੁਲਾਮ ਫਰੀਦ ਦੇ ਇਸ਼ਾਰੇ ਜੀ ਖਾਤਰ ਕੋਈ ਦੂਰ ਦੂਰ ਤੋਂ ਬੰਦੇ ਦੇਖ ਆਖੇ ਇਹ ਬੰਦਾ ਮੇਰਾ ਪੰਜਾਬ ਤੋਂ ਆਏ ਮੇਰੀ ਕੇਸਟ ਸਾਈਂ ਦਾ ਪਿਆਰ ਹੈ ਮੇਰੀ ਸਿੰਧ ਕੋ ਮੇਰੀ ਖਬਰ ਕਹਿਣੀ ਤਾਂ ਮੈਂ ਬਾਹਰ ਮਨ ਇਹ ਸੂਬੇ ਚ ਮੇਰੀ ਕਿਤਨੀ ਚਾਹਤ ਹੈ ਮੇਰੇ ਦਿਮਾਗ ਔਰ ਜਿਹੜਾ ਕੁਝ ਗਾ ਕੇ ਨਾ ਅੱਲਾ ਗਵਾਹ ਹੈ ਅੱਲਾ ਕੋ ਖਬਰ ਹੈ ਜਾਂ ਮੇਰੇ ਕੋ ਖਬਰ ਹੈ ਕਿ ਕਿਆ ਗਾਏ ਤਾਂ ਮੈਂ ਸਿੰਧ ਦੇ ਅੰਦਰ ਆ ਤੇ ਨਾ ਸਿੰਧੀ ਲੋਕਾਂ ਨਾਲ ਠੀਕ ਹੈ ਸਿੰਧੀ ਲੋਕਾਂ ਨਾਲ ਤਾਂ ਮੈਂ ਉਹਦੇ ਸਵਾਲ ਰੱਖਦਾ ਤੇ ਉਹ ਸਵਾਲ ਦੇ ਜਵਾਬ ਨਹੀਂ ਦੇ ਸਕਦੇ ਮੇਰੇ ਕੋਲ ਪੂਰੇ ਪੂਰੇ ਇਹ ਕਲਾਮ ਜੋ ਨਤੀਜਾ ਕਿਆ ਹੈ ਔਰ ਸਿੰਧੀ ਲਫ਼ਜ਼ ਦੇ ਜਵਾਬ ਨਹੀਂ ਦੇ ਸਕਦੇ ਉਹ ਲੋਕ ਸਹੀ ਬਿਆ ਕਿਆ ਹਾਲ ਹੈ ਖੁਸ਼ ਹੋ ਅਲਹਮਦੁਲਿਲਾ ਤੁਸੀਂ ਸੁਣਾਓ ਅੱਲਾ ਅੱਲਾ ਦੀ ਵਾਲਾ ਇੱਕ ਦਾ ਤੇ ਪੰਜਾਬ ਮੈਂ ਗਏ ਤੇ ਉਹ ਮੈਂ ਵਧੀਆ ਵਧੀਆ ਹੱਕਲਾ ਮਾਰੇ ਹੁੰਦੇ ਕੋਈ ਝੁੰਮਰ ਕੇ ਜਾਂ ਉਹ ਮੇਰੇ ਨਾਲੇ ਤੇ ਸਿਰ ਆ ਗਏ ਉਹ ਕੇਸਟ ਰਿਕਾਰਡ ਤੇ ਮੈਂ ਕਹਿੰਦੇ ਜੇ ਰੱਖੀਏ ਮੇਰੇ ਕੋਲ ਮਹਿਫਲ ਇਤਨੀ ਰੱਖੀ ਆਉਂਦੀ ਇਤਨੀ ਰੱਖੀ ਹੈ ਜੋ ਕਈ ਕਨੇ ਜਿਹੜੇ ਜਿਹੜੇ ਹੱਲੇ ਹੱਲੇ ਨਹੀਂ ਪਿਆ ਨਾ ਕੇਸਟਾਂ ਨੇੜ ਤੇ ਇਹ ਘੱਟ ਇਹਨੂੰ ਦੀ ਕੰਪਨੀ ਕੋਲ ਮਹਿਫਲ ਹੁੰਦੀ ਜਾਂਦੀ ਹੈ ਤਮਾਮ ਜਾਤੀ ਮਹਿਫਲ ਹੁੰਦੀ ਪਿੱਛੇ ਸਹੀ ਉਹ ਜਿਹੜੇ ਘਰ ਵਨਿਆ ਰੋਟੀ ਚਾਵਣ ਜਾਂ ਚਾਹ ਚਾਵਣ ਜਾਂ ਆਵੇ ਵਨਿਆ ਤਾਂ ਮੈਂ ਉੱਠੀ ਖੜਾ ਜਿਹੜੇ ਵਨਿਆ ਆਦਾ ਮਤਲਬ ਵੱਲਿਆ ਮੈਂ ਉੱਠੀ ਖੜਦਾ ਸੱਜੀ ਕਚਾਰੀ ਹੈ ਜੀ ਉਹਦੇ ਕੋ ਆਦਾ ਤੂੰ ਮੇਰਾ ਘਰ ਬਾਤੀ ਤੂੰ ਕਿਉਂ ਇਤਨੀ ਮੇਰੀ ਕਰੇਂਗੀ ਮਾਂ ਕੇ ਯਾਰ ਤਾਂ ਕਹਿੰਦੇ ਮਹਿਮਾਨ ਜਿੱਥੋਂ ਆਉਂਦੇ ਤੂੰ ਉੱਠਦੀ ਇਹ ਤੇਰੇ ਅੰਧੀ ਦੁਨੀਆ ਤੇਰੇ ਭਤਰੀ ਜੇਲ ਕਿਆ ਹੈ ਨਹੀਂ ਉੱਠਦੇ ਤੂੰ ਤਾਂ ਇੱਕ ਉਦਾ ਹੀ ਤਾਰ ਆਈ ਅੱਲਾਹ ਜੋ ਪਤਾ ਕਿਹੜਾ ਫਰਿਸ਼ਤੋ ਆਈ ਕਿਹੜਾ ਤੂੰ ਇਨਸਾਨ ਡਾਢੇ ਖਿਲਦਾ ਬੜੇ ਗਾਲੀ ਦੇ ਵਾਲਾ ਰਾਤ ਤੂੰ ਇਹ ਕਲਾਮ ਸੁਣਾ ਵਿਆ ਇਹ ਮਿਆਰ ਫਕੀਰ ਸ਼ਾਇਰ ਆਵੇ ਨਾ ਇਹ ਸ਼ਾਇਰ ਇਹਨਾਂ ਕੋ ਵਾਲਾ ਆਪਸ ਚ ਵਿੜਾ ਦੇ ਵਿਆ ਇਹਨੇ ਨਾਲ ਮਨਾ ਇਹੋ ਗੁਲਾਮ ਹੈਦਰ ਗੱਜੂ ਆ ਵਿਆ ਗੁਲਾਮ ਹੈਦਰ ਗੱਜੂ ਆ ਕੇ ਆਦੇ ਮਿਆਰ ਫਕੀਰ ਰਾਡੋ ਘੜੀ ਪਾਤੀ ਵਦੇ ਕੱਪੜੇ ਪਾਤੀ ਵਦੇ ਇਸ਼ਕ ਸਾਕੂ ਹੈ ਮੈਂ ਫਕੀਰੀ ਹਾਲਤ ਵਦਾ ਗੁਲਾਮ ਹੈਦਰ ਗੱਜੂ ਫਕੀਰੀ ਹਾਲਤ ਰਾਂਦਾ ਆ ਜਾਂਦਾ ਸਹੀ ਇਹ ਵਜਾ ਵਜਾ ਸਕੇ ਉਹ ਮਹਿਫਲਾਂ ਕਚਾਰਿਆ ਜਾਂ ਮਰੀ ਕੇ ਜ਼ਿੰਦਗੀ ਦੇ ਅੰਦਰ ਮੈਂ ਗਰੀਬ ਹਾਂ ਬਿਲਕੁਲ ਮਕਸੀਨ ਹਾਂ ਠੀਕ ਹੈ ਨਾ ਤਾਂ ਮੈਂ ਤੇ ਕੋ ਅਰਜ਼ ਕਰੇ ਨਾ ਜੱਡਾ ਨੇ ਹਿਕੜੀ ਗੱਲ ਹੀ ਆ ਸਹੀ ਜੋ ਬਾਬਾ ਜਲਾਲ ਠੀਕ ਹੈ
ਮੈਂ ਉਹਦੇ ਦੀਦਾਰ ਕੀਤਾ ਮੈਂ ਉਹਦੀ ਹਰ ਕੇਸਰ ਨਸੀਬ ਦੀ ਮੈਂ ਵੱਡੇ ਜ਼ਿੰਮੇਦਾਰ ਕੋ ਜਦੇ ਦਾ ਮੈਂ ਕਹਿੰਦਾ ਹੈ ਖਾਲੀ ਇਹ ਕਿਆ ਦਿੱਤੇ ਇਹ ਤਾਂ ਜਲਾਲ ਟੈਂਡੇ ਨੇ ਦਿੱਤਾ ਉਹਦੇ ਰੀਹਾ ਵੀ ਨਹੀਂ ਉਹਦੇ ਖੜਾ ਵੀ ਨਹੀਂ ਔਰ ਮੇਰੇ ਘਰ ਵਾਲੇ ਮੇਰੇ ਕੋ ਬਾਕਾਇਦਾ ਘਰੋਂ ਲਾਵਾਰਿਸ ਕਰਦੇ ਕੱਢ ਛੁੜੇ ਨੇ ਬਾਬਾ ਤੂੰ ਗੁੰਮ ਥੀ ਗਈ ਤੂੰ ਗੁੰਮ ਇਨਸਾਨ ਹੈ ਤੂੰ ਕਿਉਂ ਗੁੰਮ ਥਈ ਇਤਨੀ ਜਲਾਲ ਦੇ ਵਿੱਚੋਂ ਮੈਂ ਦੇਖਿਆ ਯਾਰ ਮੈਂ ਬੇਵਸ ਹਾਂ ਮੈਂ ਵਸ ਕਰੂੰ ਬਾਹਰ ਹਾਂ ਮੈਂ ਤੇ ਕੋਈ ਮੁਕਸਰ ਲੋਦਾਂ ਜਲਾ ਸੁਣਨ ਆਵੇ ਨਾ ਆਖਰੀ ਮਨ ਵਾਲ ਘਣੀਏ ਲਿਆਕਤ ਹਸਪਤਾਲ ਮੈਂ ਜਦੋਂ ਬਿਮਾਰ ਤੇ ਦਾਖਲ ਹੋਇਓ ਲਿਆਕਤ ਮੈਂ ਮੇਅਰ ਫਕੀਰ ਇਕੱਠੇ ਹੋਇਓ ਠੀਕ ਹੈ ਸਹੀ ਮੈਂ ਪੰਜਾਬ ਤੋਂ ਵੱਜਦਾ ਵੱਜਦਾ ਬੱਸੇ ਦੇ ਚੜਦਾ ਉਹ ਟਾਈਮ ਪੈਸੇ ਦੀ ਔਰ ਗੁਰਬਤ ਦੀ ਵੱਡੀ ਮੁਸੀਬਤ ਦੀ ਜਿੱਥੇ ਮੈਂ ਹੱਥ ਨਾ ਦੇ ਨਾਮ ਕਹਿੰਦੇ ਪੈਸੇ ਕੁੜਦਨ ਮਜ਼ਦੂਰੀ ਕਰਨਾ ਮੁਤਾ ਪੰਜ ਦਿਨ ਜਾਂ ਛੇ ਦਿਨ ਮਜ਼ਦੂਰੀ ਕਰ ਜਦੋਂ ਮੇਰੇ ਕਿਰਾਇਆ ਸੀ ਨਾ ਮੈਂ ਵਾਲਾ ਰੁਲ ਠੱਪ ਤੇ ਬਾਬੇ ਸਿੰਘ ਉਤਾਰ ਤੇ ਆਵੇ ਨਾ ਮੈਂ ਇਹਨਾਂ ਕਿਹਾ ਫਰਿਸ਼ ਤੋਂ ਆਸ਼ਿਕ ਹਾਂ ਉਹਦੇ ਬਾਵਜੂਦ ਜਦੋਂ ਇਹ ਹਸਪਤਾਲ ਸੁੱਤਾ ਪਿਆ ਹੋਵੇ ਤਾਂ ਮੈਂ ਕੁੜੇ ਦਾਮ ਜਿਹੜੇ ਹਸਪਤਾਲ ਦੇ ਕੱਪੜੇ ਉਹ ਪਵੇ ਨੇ ਉਹ ਲਿਆਕਾ ਤਲੇ ਤਾਂ ਛੋਟਿਆ ਤੇ ਉਹ ਆਪਣੀ ਵਰਦੀ ਹਸਪਤਾਲ ਲਈ ਪਾਤੀ ਪਿਆ ਹੋਵੇ ਉਹਨੇ ਮੈਂ ਇਹਦਾ ਸੋਹਣਾ ਕਹਿ ਸਕਦਾ ਹੋਵੇ ਅੱਲਾ ਦੀ ਕਸਮ ਖੇਲਿਆ ਲੱਗਿਆ ਪਿਆ ਹੋਣ ਕਾਵੇ ਬੈਠਾ ਹਸਪਤਾਲ ਮੈਂ ਕਮਰੇ ਦੇ ਵਿੱਚ ਸਿਰ ਤੇ ਟੀਕਾ ਹੋਵੇ ਪਿੱਛੇ ਉੱਤੇ ਲੋਕ ਆਇਆ ਜ਼ਿਆਦਾ ਮੈਂ ਦਿੱਠਾ ਲਿਆਕਾ ਤੇ ਤਾਂ ਮਾਰੂ ਫੌਜੀ ਉਹਨੇ ਕੁਝ ਝਲੇ ਅਖਬਾਰ ਚ ਗਿਆ ਨਾ ਤੇ ਮੇਰੀ ਜਲਾਲ ਚਾਹੇ ਲਿਆਕਤ ਹਸਪਤਾਲ ਦਾਖਲ ਹੈ ਤਾਂ ਮੈਂ ਸਿੰਧੀਆਂ ਲੋਕਾਂ ਦੇ ਇਹਦੇ ਪਿਆਰ ਦਿੱਤੇ ਤਾਂ ਕਾਰਾਂ ਦੇ ਉੱਤੇ ਗੁਲਦਸਤੇ ਗੁੱਲੇ ਨੇ ਨਾ ਇਹ ਚਾਹ ਤੇ ਉਠਾ ਵਜਣ ਜਿਹਦੇ ਚੋਂ ਰੋਟੀਆਂ ਚਾਹ ਤੇ ਆ ਵਜਣ ਤਾਂ ਉਹ ਫਕੀਰ ਦੀ ਉੱਤੇ ਵੀ ਮੁਫ਼ਤ ਮਾਨੀ ਮੇਰੇ ਕਹੂੰ ਮਨਾ ਦੁਨੀਆਂ ਉੱਥਾਂ ਇਹ ਵੀ ਕੰਮ ਕੀਤਾ ਉੱਥਾਂ ਪਿੱਛੇ ਲੋਕ ਜੋ ਆਇਆ ਜਦੋਂ ਲੋਕ ਆਖੇ ਯਾਰ ਰਸਤ ਦੀ ਜ਼ਰੂਰਤ ਹੈ ਰਸਤ ਜਿਉਂ ਫਲਾਂ ਕਈ ਸ਼ਹਿ ਦੀ ਜ਼ਰੂਰਤ ਹੈ ਜਿਉਂ ਮੇਅਰ ਫਕੀਰ ਪੁੱਛਿਆ ਵਾ ਤੂੰ ਕਿੱਥੋਂ ਆਈ ਰੱਤ ਦੇਵਣ ਦਾ ਕਿ ਮੈਂ ਯਾਰ ਸੂਬੇ ਪੰਜਾਬ ਦੇ ਸਾਡੂ ਬੰਦੇ ਆਸੇ ਉਹ ਟਾਈਮ ਆਖਿਆ ਤੁਸੀਂ ਸੂਬੇ ਪੰਜਾਬ ਦੇ ਹੋ ਗਿਆ ਆਖਿਆ ਉਹ ਬਾਹਰ ਮੈਂ ਕਲਾਮ ਲਿਖਦਾ ਇੱਥਾਂ ਇਹ ਸ਼ਾਇਰ ਕਸ਼ਾ ਦੇਖਦੇ ਤੇ ਲਿਖਦੇ ਆਗੇ ਕਸ਼ਾ ਨਜ਼ਰ ਦੀਏ ਤੇ ਮੈਂ ਲਿਖਦਾ ਹਾਂ ਸ਼ਾਇਰ ਨੂੰ ਵਾਲਾ ਬਲੋਚਨ ਕਿਤਨੀ ਦੁਨੀਆ ਇਹੋ ਕਲਾਮ ਲਿਆਕਤ ਹਸਪਤਾਲ ਦੇ ਬਾਹਰੋਂ ਪਲਾਟ ਮੇਅਰ ਫਕੀਰ ਲਿਖਿਆ ਸਿੰਧੀ ਬਲੋਚ ਸਾਰਾ ਸੂਬੇ ਪੰਜਾਬ ਵਾਲਾ ਆਇਆ ਦੇਵਣ ਰੱਤ ਯਾਰ ਤੂੰ ਤਾਂ ਪੁੱਛਣ ਨਾ ਆਇਓ ਇਹ ਕਲਾਮ ਉਤੇ ਲਿਖ ਅਸਾਂ ਕੁ ਸੁਣਾਇਸ ਵਾਲਾ ਕਮਰੇ ਦੇ ਅੰਦਰ ਆ ਤੇ ਬਾਬੇ ਸਾਈਂ ਕੋ ਸੁਣਾਇਸ ਅਗਰ ਯਾਰ ਮੈਂ ਜਿਲ ਸਾ ਇਹ ਕੈਸਟ ਕਰੇ ਸਾ ਸਹੀ ਵਾਲ ਸੇ ਆਇਆ ਤਾਂ ਇਤੇ ਉਹ ਕੈਸਟ ਕੀ ਤੋ ਅੱਲਾਹ ਕੋ ਉਤੇ ਸਹੀ ਕੀਤਾ ਬਿਮਾਰੀਓ ਕੋ ਨੂੰ ਫਤਾ ਤੇ ਇਹ ਸਹੀ ਸੀ ਯਾ ਵਾਲ ਜੋ ਇਹ ਬਿਮਾਰ ਚਾ ਬਾਦ ਇਤਨਾ ਕਹਾਣੀ ਤਾਂ ਮੈਂ ਤੇ ਕੋ ਮੁਖਸਰ ਸੁਣਦਾ ਕਾ ਮੈਂ ਜਦਾ ਉਹ ਸਾ ਤੇ ਕੋ ਮੁੰਡ ਦਾ ਹਾਲ ਲੈ ਸੰ ਪੰਜ ਦੀ ਹਾਲ ਦਾ ਮੁਕਸੀ ਮਿਲਾਇਓ ਸਹੀ ਜੇ ਕਿ ਮੇਰੇ ਦਿਲ ਦੇ ਅੰਦਰ ਔਰ ਹਵਾਲੇ ਪਰ ਕੇਸਤ ਨਾਲ ਹਰ ਸ਼ੈ ਨਾਲ ਵਰ ਮੈਂ ਪੰਜਾਬ ਜਾ ਘਰ ਦੇ ਮੈਂ ਘਰ ਵਧਾ ਹਾਂ ਕਸ਼ਮੋਰੇ ਜਾਵਾਂ ਤੇ ਕਸ਼ਮੋਰੇ ਦੇ ਅਖਬਾਰ ਮੈਂ ਦਿੱਤੋ ਤਾਂ ਇਹਦਾ ਫੋਟੋ ਲਗਾ ਪਏ ਮੈਂ ਉਹ ਫੋਟੋ ਚਾਹ ਤੇ ਪੜ੍ਹਿਓ ਮੇਰੇ ਖਿਆਲ 6 ਤਰੀਕ ਹੈ ਜਾਂ 7 ਤਰੀਕ ਹੈ ਜਨਵਰੀ ਦੇ ਪਹਿਲੇ ਮਹੀਨੇ ਦੀ ਮੈਂ ਜਲਾਲ ਕਹਿੰਦਾ ਨਵਾਬ ਸ਼ਾਹ ਹਸਪਤਾਲ ਜੇ ਹਾਣੇ ਮਾਂ ਕਿ ਮੈਂ ਨਵਾਬ ਸ਼ਾਹ ਵਜਾ ਵਾਲਾ ਮੈਂ ਘਰੋਂ ਗਿਆ ਜਿੱਤੀ ਪੈਸੇ ਪੱਕ ਸੱਟ ਕੀਤੇ ਮੈਂ ਤਿਆਰੀ ਪਕੜੀ ਮੈਂ ਰਵਾਨਾ ਥਿਆ ਤਾਂ ਸੱਜਰ ਕੋ ਵਾਲਾ ਅਖਬਾਰ ਆ ਗਏ ਤੇ ਅਖਬਾਰ ਇਹ ਕਹਿੰਦਾ ਸਿਵਲ ਹਸਪਤਾਲ ਮੈਂ ਪਹੁੰਚ ਗਏ ਮੈਂ 10 ਜਨਵਰੀ ਵਾਲੇ ਦੀ ਇਹ 9 ਜਨਵਰੀ ਵਾਲੇ ਦੀ ਮੈਂ ਸਿਵਲ ਦੇ ਹਸਪਤਾਲ ਤੇ ਪਹੁੰਚ ਗਿਆ ਕਰਾਚੀ ਮੈਂ ਜੋ ਗਿਆ ਦੂਜੀ ਮੰਜ਼ਲ ਤੇ ਉੱਤੇ ਸੁੱਤਾ ਪਿਆ ਬਾਬਾ ਸਾਈਂ ਫੌਜੀ ਅੱਗੂ ਖੜਾ ਇੱਕ ਮੈਂ ਉੱਤੇ ਚੜ੍ਹਾਂ ਕੋ ਚੜ੍ਹਨ ਨਾ ਦਿਆ ਮੈਂ ਕਿੱਥਾਂ ਇਹਦੇ ਵਜ੍ਹਾ ਇੱਕ ਬਾਬੇ ਜਲਾਲ ਦੇ ਕੱਠੇ ਬਾਤਰੀ ਦਾ ਨਾਲ ਆ ਅਲੀ ਗੁੱਲ ਜਾਂ ਇਹਦੇ ਨਾਲ ਇਕੱਠਿਆ ਨੰਝੜਿਆਂ ਨੂੰ ਇਹਦੇ ਕਲੰਦਰ ਵਿੱਚ ਨੰਝੜਿਆਂ ਨੇ ਇਹਦੇ ਵੱਡੇ ਸਾਰੇ ਕਹਿਣਾ ਨੂੰ ਟਾਈਮ ਤਾਂ ਕੁਝ ਚੰਗਾ ਵੱਡਾ ਪੁੱਤਰੀ ਹੋਇਆ ਇਹੋ ਵੀ ਗਾਡਾ ਵਿਆਹ ਵਾਲਾ ਗੁਲਾਮ ਸਿੰਘ ਗਾਡਾ ਇਹ ਤਲੇ ਬੈਠੇ ਹਨ ਵਣ ਤਲੇ ਮੈਂ ਉਹ ਆ ਕੇ ਫੌਜੀ ਕੋ ਉਹ ਵਿੜੇ ਕੁਝ ਵੀ ਕਰੇ ਮੇਰਾ ਬਾਬਾ ਹੀ ਤੂੰ ਮੈਂ ਦੇਖ ਤੇਰਾ ਸਾਂ ਮੈਂ ਉੱਤੇ ਮੈਂ ਆਖਿਰ ਚੜ੍ਹ ਗਿਆ ਜ਼ੋਰੀ ਉੱਤੇ ਜਿਹੜੇ ਜ਼ੋਰੀ ਮੱਥੇ ਚੜ੍ਹ ਗਿਆ ਤਾਂ ਮੈਂ ਤਾਂ ਗਿਰੋਂਟ ਚ ਮੱਥੋਂ ਖੜਾ ਤਾਂ ਉਹ ਡਾਕਟਰ ਕਹਿੰਦੇ ਬੰਨਾ ਗਿਆ ਬੰਦਾ ਚੜਿਆ ਹੈ ਉਹ ਖੜਦਾ ਨੀ ਆ ਮੈਂ ਜਲਾਲ ਦੇਖਦਾ ਉਹ ਡਾਕਟਰ ਉਹ ਭੱਜ ਕੇ ਮੈਂ ਕਹਿੰਦੇ ਆ ਗਏ ਨੇ ਮੇਰੇ ਕੋਲ ਸਮਝਾਉਣ ਪੈ ਗਏ ਨੇ ਇਹ ਗੁਰਜੀਆਂ ਦਾ ਮਰੀਜ਼ ਹੈ ਸੀਰੀਅਸ ਹਾਲਤ ਜੀ ਆ ਜੀ ਇਹ ਬੰਦਾ ਤੂੰ ਜੋ ਵੈਸੇ ਨਾ ਤੇਰੇ ਪੇਰੇ ਦੀ ਆਵਾਜ਼ ਜੋ ਸੁਣ ਫੇ ਉਹਦੀ ਜਾਨ ਨਿਕਲੀ ਵੀ ਤੂੰ ਕਿਆ ਆਈਂਦਾ ਆ ਸਕੇ ਮੈਂ ਕਿ ਮੇਰੇ ਪੇਰ ਵੀ ਆਵਾਜ਼ ਨਾ ਕਰੇ ਸਨ ਮੈਂ ਜੁੱਤੀ ਮੈਂ ਬਗੈਰ ਹੋਇਆ ਮੈਂ ਕਮਾਈ ਪੇਰੇ ਨੰਗਾ ਮੈਂ ਇਹਦਾ ਦੀਦਾਰ ਕਰੇ ਸਨ ਦਰਵਾਜ਼ਾ ਬੰਦ ਹੀ ਜਰਾ ਜਿਹੜਾ ਦਰਵਾਜ਼ਾ ਬੰਦ ਆ ਉਹਦੇ ਅੰਦਰ ਸੁੱਤਾ ਪਿਆ ਉਹਨੇ ਡਾਕਟਰ ਤਲੇ ਲਹਿ ਵਾਂਗੇ ਇਹ ਕੋ ਕਹਿੰਦਾ ਅਖਬਾਰੀ ਨੂੰ ਮੰਦੇ ਕੋ ਕਾਵੇ ਚਲੇ ਗੋ ਸਾਡੇ ਇੱਥੇ ਚਿਰਿਆ ਆਇਆ ਬੈਠੇ ਮੈਂ ਕਿਹਾ ਮੇਰੇ ਦੋਵੇਂ ਗੁਰਦੇ ਕੱਟ ਗਏ ਬਈ ਗੁਰਦੇ ਕੱਟ ਗਏ ਮੇਰਾ ਐਡਰੈਸ ਲਿਖ
ਮੇਰੀ ਮਈਅਤ ਵਾਪਸ ਭੇਜ ਉਹ ਡਾਕਟਰ ਵਰੀ ਵੀ ਡਾਕਟਰ ਬੇਗਰ ਦੇ ਜਦੋਂ ਤੇਰੀ ਮਈਅਤ ਵਣੇ ਤੇ ਕੋ ਜਲਾਲ ਨਾਲ ਕੀ ਕੰਮ ਹੈ ਮੁਲਕ ਜੋ ਮਹਨਾਜ ਸ਼ਾਹ ਇਹ ਤਾਂ ਜ਼ਿੰਦਾ ਹੋ ਸੀ ਤੇ ਮੈਂ ਜਿਹੜੇ ਆਸ਼ਿਕ ਤਾਂ ਦੇਖ ਫਿਰ ਨਹੀਂ ਕੋਈ ਮਸਲਾ ਗਿਆ ਨਹੀਂ ਸਹੀ ਮੇਰਾ ਮਹਿਬੂਬ ਹੈ ਅਖਬਾਰੀ ਨੂੰ ਮੰਦਾ ਆ ਗਿਆ ਤੂੰ ਮੇਰੇ ਨਾਲ ਗੁਸਤਾ ਗੁਆਰੀ ਕੀਤੀ ਜਲਾਇਓ ਖਣੀ ਦੇਰ ਅਦਾ ਤੂੰ ਇਹਨੂੰ ਕਿਉਂ ਦੇਣੀ ਗੁਰਦਾ ਇਹਦੇ ਬਿਆਦਰੀ ਕੌਮ ਵਿਰਾ ਇਹ ਸਿੰਧ ਸੂਬੇ ਦਾ ਨਵਾਬ ਹੈ ਸਿੰਧ ਸੂਬੇ ਮਗਰ ਉਹਨੇ ਜੇ ਅੱਖੀ ਨਾ ਹੋਸਨ ਉਹ ਅੰਧੇ ਹੋਸਨ ਪਰ ਮੇਰੀ ਦਿਲ ਕਹਿੰਦੀ ਤੁਹਾਡਾ ਤਾਂ ਕੰਮ ਨਹੀਂ ਨਾ ਮੇਰੇ ਬਈ ਗੁਰਦੇ ਜੋ ਕੰਮ ਆਣੀ ਕੁ ਮੈਂ ਦੇਸਾਂ ਦੂਹੇ ਗੁਰਦੇ ਮੈਂ ਬਿਨ ਚਿੱਤੇ ਡਾਕਟਰ ਹੋ ਕੇ ਬਾਹਰ ਆਉਂਦਾ ਬੈਠੇ ਮੇਰੇ ਗੁਰਦੇ ਕੱਢ ਗਏ ਮੈਂ ਚੁਰਾ ਤਾਂ ਆਖੀ ਤੀ ਜਾਂ ਪੁੱਤਰੀ ਕੋ ਨਹੀਂ ਮੈਂ ਕਿ ਮੈਂ ਚੁਲ ਪੋਲੀ ਨਾ ਕਰ ਸਕਦੀ ਬੈਠੇ ਮੇਰੇ ਗੁਰਦੇ ਕੱਢ ਦੂਹੇ ਆਖਿਰ ਉਹ ਅਖਬਾਰ ਵਾਲੇ ਪੁੱਛੇ ਤੇ ਕਲਾਮ ਕਿਹੜਾ ਜਿਹੜਾ ਮੁਤਾਸਰ ਕੀਤਾ ਮੈਂ ਮੇਕੂ ਹੈ ਗਾਲੀ ਜੋ ਕੱਢੇ ਉਹ ਇਹਨੇ ਮੁਤਾਸਰ ਹਨ ਲਫ਼ਜ਼ ਜੋ ਕੱਢੇ ਉਹ ਮੁਤਾਸਰ ਹੈ ਮੈਂ ਉਹਨੇ ਦਾ ਪਰ ਮਸਲਾ ਹੈ ਨਾ ਉਹਨੇ ਡਾਕਟਰ ਕਿ ਇੱਕ ਕਲਾਮ ਸਾ ਕੋ ਦੱਸ ਅਸਾਂ ਲਿਖ ਦੂ ਅਖਬਾਰ ਮੈਂ ਇਹੋ ਕਲਾਮ ਵੀ ਲਿਖਿਆ ਆ ਉਹ ਕਿਹੜੀ ਦੇਰ ਕਰੇ ਕੋਥਾ ਯਾਰ ਚੋ ਸੁਬਾ ਪੰਜਾਬ ਮੇਰਾ ਇਲਾਕਾ ਲਿਖੇ ਨੇ ਮੇਰਾ ਘਰ ਲਿਖੇ ਨੇ ਪੂਰਾ ਹਵਾਲੇ ਇਹੋ ਅਖਬਾਰ ਤੇ ਕੋ ਕਿੱਥੇ ਮਿਲੇ ਨਾ ਜੀ ਬੇ ਮੈਂ ਕਨੇ ਬਾਕਾਇਦਾ ਸਬੂਤ ਸਮਾਇਦਾ ਆਸ਼ਿਕਾ ਬੇ ਸਬੂਤ ਮੈਂ ਆਸ਼ਿਕ ਹੀ ਨਹੀਂ ਦਾ ਕਹਾਣੀ ਤਾਂ ਉਹ ਘਣੀ ਫਜਰ ਕੋ ਵਾ ਇਹੋ ਬਾਬਾ ਸਾਈਂ ਮੈਂ ਹਾਂ ਬਣਾ ਉਹਨੇ ਦਰਵਾਜ਼ਾ ਖੋਲੇ ਮੈਂ ਉਹ ਦਰਵਾਜ਼ੇ ਖੋਲਣ ਦੇ ਬਾਅਦ ਅੰਦਰ ਗਿਰ ਗਿਆ ਕੱਲੇ ਦਾ ਕੱਲਾ ਸੁੱਤਾ ਪਏ ਜਿਹਨੇ ਮਸ਼ੀਨੇ ਦੇ ਜ਼ਰੀਏ ਸਾਥ ਦੇਂਦਾ ਚਾਹੀਦਾ ਪਏ ਮਸ਼ੀਨ ਦੇ ਮੱਥੋਂ ਬੇਹੱਦ ਵੱਡੀ ਖੜੀ ਹੈ ਜਿਹਦੇ ਉੱਤੇ ਉਹਦਾ ਟੰਗਾ ਖੱਟ ਕਰੋ ਇਹਦੇ ਇਹ ਪਾਸੇ ਵੀ ਇਹਦੇ ਵੀ ਇਵੇਂ ਦਿਲ ਦੇ ਸਾਹਮਣੇ ਖੜੀ ਨਾਲਿਆਂ ਕੋ ਲੱਗਿਆ ਪੈਣ ਜਿਹੜੇ ਕਿਹੜੇ ਪਿੱਛੇ ਇਹ ਮੇ ਕੋ ਇੱਕ ਅੱਖ ਭਾਲੀ ਪਿਆ ਹੋਸ਼ ਮੈਂ ਨਾ ਹੋਇਓ ਨਾ ਮੇਰਾ ਹਾਲਾਤ ਮੇਰੇ ਕੋ ਡਾਕਟਰ ਹੋ ਕੇ ਨਾ ਲਾਵੀ ਤੂੰ ਠੀਕ ਹੈ ਨਾ ਮੈਂ ਲਾਣਾ ਨਾ ਉਹ ਲਾਣੇ ਨਾ ਉਹ ਮੈਂ ਕੋ ਦੇਖ ਸਜਾ ਸੀ ਸ਼ਾਇਦ ਮੈਂ ਕੋਈ ਇਤਨੀ ਦਿਲ ਦਾ ਅੰਦਾਜ਼ਾ ਹੈ ਨੌ ਤਰੀਕ ਦੀ ਸ਼ਾਮ ਕੋ ਪਿੱਛੇ ਮੈਂ ਉਹਦਾ ਦੀਦਾਰ ਬੈਠੇ ਕੀਤੇ ਮੇਰੇ ਅੱਖੀ ਚੋ ਪਾਣੀ ਇਵੇਂ ਖਲੇ ਕੋ ਨੌਕਰੀ ਕਰੀ ਮੈਂ ਅੱਜ ਤੱਕ ਰੋਲਾ ਵਾਲਾ ਯਾਦ ਯਾਦ ਨਹੀਂ ਕਰ ਸਕਦਾ ਜਗ੍ਹਾ ਜਿਹੜਾ ਮੈਂ ਮੋਹ